ਅਗਲੀ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਪੁਲਿਸ ਨੇ ਤਿੰਨ ਲੋਕਾਂ ਨੂੰ ਨਜਾਇਜ਼ ਸ਼ਰਾਬ ਦੇ ਸਣੇ ਗ੍ਰਿਫਤਾਰ ਕੀਤਾ ਹੈ। ਇਹ ਤਿੰਨੋਂ ਇੱਕ ਹੀ ਪਰਿਵਾਰ ਦੇ ਮੈਂਬਰ ਨੇ ਅਤੇ ਇਹਨਾਂ ਨੇ ਆਪਣੇ ਘਰ ਦੇ ਹਰ ਕੋਨੇ ਦੇ ਵਿੱਚ ਸ਼ਰਾਬ ਛੁਪਾਈ ਹੋਈ ਸੀ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਇਹ ਹਕੀਮਾਂ ਵਾਲਾ ਗੇਟ ਦੇ ਵਿੱਚ ਇੱਕ ਆਲੀਸ਼ਾਨ ਬੰਗਲੇ ਦੇ ਵਿੱਚ ਰਹਿੰਦੇ ਸੀ, ਜਿਸ ਨਾਲ ਆਸੇ ਪਾਸੇ ਦੇ ਲੋਕਾਂ ਨੂੰ ਉਹਨਾਂ 'ਤੇ ਸ਼ੱਕ ਹੀ ਨਹੀਂ ਹੁੰਦਾ ਸੀ ਕਿ ਘਰ ਦੇ ਮੈਂਬਰ ਕੁਝ ਇਸ ਤਰ੍ਹਾਂ ਦਾ ਕੰਮ ਵੀ ਕਰ ਸਕਦੇ ਨੇ। ਪੁਲਿਸ ਨੇ ਇਹਨਾਂ ਆਰੋਪੀਆਂ ਦੇ ਘਰੋਂ ਹੋਰ ਨਸ਼ੀਲੇ ਪਦਾਰਥ ਜਿਵੇਂ ਸਮੈਕ ਅਤੇ ਹੈਰੋਇਨ ਵੀ ਬਰਾਮਦ ਕੀਤੀ ਹੈ। ਸਾਡੇ ਕੋਲ ਇਨਫੋਰਮੇਸ਼ਨ ਸੀਗੀ ਸਾਡੇ ਇੰਚਾਰਜ ਨਾਲ ਤੁਹਾਡੇ ਕੋਲ ਕਿ ਗੁਰਦਿਆਲ ਸਿੰਘ ਬਿਲਕੁਲ ਠੀਕ ਨਹੀਂ ਹੈਗਾ, ਫੈਮਿਲੀ ਸਮੇਤ ਹੀ ਸਾਰਾ ਪਰਿਵਾਰ ਹੀ ਸ਼ਰਾਬ ਅਤੇ ਨਸ਼ਿਆਂ ਦਾ ਕੰਮ ਕਰ ਰਿਹਾ। ਉਸ ਇਨਫੋਰਮੇਸ਼ਨ ਦੇ ਆਧਾਰ 'ਤੇ ਇਹਨਾਂ ਵੱਲੋਂ ਇੱਕ ਟਰੈਪ ਲਾ ਕੇ ਤਰੀਕੇ ਨਾਲ ਉੱਥੇ ਉਹਨਾਂ ਦੇ ਘਰ ਜਾ ਕੇ ਰੇਡ ਕੀਤੀ ਗਈ, ਜਿਸ ਦੇ ਰੇਡ ਦੇ ਦੌਰਾਨ ਸਾਨੂੰ ਲਗਭਗ 1200 ਬੋਤਲ ਸ਼ਰਾਬ ਅਤੇ 270 ਗ੍ਰਾਮ ਹੈਰੋਇਨ ਮਿਲਿਆ। ਗੇਟ ਨਹੀਂ ਕਰਦੇ ਅਤੇ ਦੋ ਗੇਟ ਤਾਂ ਬਾਹਰੋਂ ਤਾਲਾ ਲੱਗਾ ਹੋਇਆ, ਤੀਜਾ ਗੇਟ ਵੀ ਵਿਦਾਊਟ ਵੈਰੀਫਾਈ ਕੀਤਿਆਂ ਖੋਲ੍ਹਦੇ ਨਹੀਂ ਹੈਗੇ, ਇਹ ਪਰਮਾਨੈਂਟ ਬੰਦ ਕਰਕੇ ਰੱਖਦੇ ਨੇ ਅਤੇ ਜਦੋਂ ਤੱਕ ਇਹਨਾਂ ਦੀ ਪੂਰੀ ਤਸੱਲੀ ਨਾ ਹੋ ਜਾਵੇ ਤਾਂ ਖੋਲ੍ਹਦੇ ਨਹੀਂ। ਫਿਰ ਸਾਡੀ ਪਾਰਟੀ ਨੇ ਆਪਣੇ ਆਪ ਨੂੰ ਡਿਸਗਾਈਜ਼ ਕਰਕੇ ਦੁੱਧ ਵਾਲੇ ਬਣ ਕੇ ਖਿਲਾਇਆ ਅਤੇ ਉਸ ਤੋਂ ਬਾਅਦ ਸਾਰੀ ਰੇਡ ਨੂੰ ਅੰਜਾਮ ਦਿੱਤਾ। ਸਾਡੇ ਕੋਲ ਜਿਹੜਾ ਕਾਗਜ਼ਾਂ ਦੇ ਵਿੱਚ ਲਿਖਿਆ ਜਾਵੇ ਤਾਂ 2010 ਆਨਵਰਡ ਦੇ ਉੱਤੇ ਪਰਚੇ ਦਰਜ ਹੋਣੇ ਸ਼ੁਰੂ ਹੋਏ ਹੈ, ਹੋ ਸਕਦਾ ਪਹਿਲਾਂ ਤਾਂ ਉਹ ਵੀ ਕਰ ਦਿੱਤਾ। 15 ਕੇਸ ਪਹਿਲਾਂ ਦਰਜ ਨੇ ਸ਼ਰਾਬ ਦੇ।